ਹਾਂਜੀ ਬਾਈ ਆ ਗਏ ਬੱਲੇ 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 ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਲਾਮ ਵਾਲੇਕਮ ਨਮਸਕਾਰ ਕਿੱਦਾਂ ਬਾਈ ਸਾਰੇ ਠੀਕ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਲਓ ਬਾਈ ਲਿਆਂਦੀ ਇੱਕ ਹੋਰ ਨਵੀਂ ਵੀਡੀਓ ਅਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਬਾਈ ਆਪਣਾ ਚਲੋ ਫਰੈਂਕਲੀ ਜੱਟ ਨਾਲ ਆਪਾਂ ਅੱਜ ਜਾਣਾਗਾ ਅਤੇ ਬਾਅਦ 'ਚੋਂ ਦੱਸਦੇ ਹਾਂ ਕੀ ਕਰਨਾ ਆਪਾਂ ਅਤੇ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਬਾਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਦੇ 3 ਲੱਖ ਸਬਸਕ੍ਰਾਈਬਰ ਹੋ ਚੁੱਕੇ ਨੇ ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਦਾਂ ਹੀ ਸਪੋਰਟ ਕਰਦੇ ਰਹੋ ਅਤੇ ਸੋਰੀ ਚਾਹੁੰਦੇ ਹਾਂ ਕਿ ਬਾਈ 3 ਲੱਖ 'ਤੇ ਕੋਈ ਸਪੈਸ਼ਲ ਵੀਡੀਓ ਜਾਂ ਦੂਜੀ ਵੀਡੀਓ ਨਹੀਂ ਆਈ ਕਿਉਂਕਿ ਯਾਰ ਕੰਮਾਂ ਕਾਰਾਂ 'ਚ ਬਿਜ਼ੀ ਸੀਗੇ ਤਾਂ ਕਰਕੇ ਅਤੇ ਆਹ ਵੀਕਐਂਡ 'ਤੇ ਦੇਖਦੇ ਹਾਂ ਕੁਛ ਕਰਦੇ ਹਾਂ ਤਾਂ ਲਾਈਵ ਸਟ੍ਰੀਮ ਕਰਾਂਗੇ ਜੇ ਆਹ ਵੀਡੀਓ ਵੀਕਐਂਡ ਤੋਂ ਪਹਿਲਾਂ ਪੈ ਗਈ ਅਤੇ ਗੱਲਾਂ ਬਾਤਾਂ ਮਾਰ ਦਿਓ ਤੁਹਾਡੇ ਨਾਲ ਅਤੇ ਹੋਰ ਆਪਾਂ ਤੁਹਾਡੇ ਜਵਾਬ ਜ਼ਰੂਰ ਦੇਵਾਂਗੇ ਤੁਸੀਂ ਪੁੱਛ ਲਿਓ ਅਤੇ ਦੇਖਦੇ ਹਾਂ ਬਾਕੀ ਪਲੈਨਿੰਗ ਆ ਅਤੇ ਬਾਕੀ ਦੇਖਦੇ ਹਾਂ ਚਲੋ ਹੁਣ ਤਾਂ ਆਪਾਂ ਕੰਮ ਕੁੰਮ 'ਤੇ ਜਾਣਾ ਨਾ ਬਾਅਦ 'ਚੋਂ ਅਤੇ ਆਪਣੇ ਫਰੈਂਕਲੀ ਜੱਟ ਦਾ ਵੀ ਯਾਰ ਇੱਕ ਕੰਮ ਅਧੂਰਾ ਰਹਿੰਦਾ ਸੀ ਬਾਈ ਤੁਹਾਨੂੰ ਪਤਾ ਹੀ ਆ ਅਤੇ ਆਹ ਦੇਖੋ ਆਹ ਜਿਹੜਾ ਬੰਦਾ ਇਹਨੂੰ ਮੈਂ ਕਿਹਾ ਸੀ ਬਾਈ ਫਰਾਰੀ ਦਾ ਇੰਜਨ ਪਿੱਛੇ ਆ ਇਹ ਪਤਾ ਨਹੀਂ ਇੱਥੇ ਕੀ ਚੈੱਕ ਕਰੀ ਜਾਂਦਾ ਕਿਉਂਕਿ ਇੱਥੇ ਤਾਂ ਕੁਛ ਨਹੀਂ ਦਿਖਦਾ ਯਾਰ ਇੰਜਨ ਪਿੱਛੇ ਹੁੰਦਾ ਫਰਾਰੀ ਦਾ ਜਿੰਨਾ ਕੁ ਮੈਨੂੰ ਪਤਾ ਅਤੇ ਆਪਣੀ ਬੁਗਾਟੀ ਉੱਥੇ ਖੜੀ ਆ ਯਾਰ ਅਰੇ ਖੋਲ੍ਹਦੇ ਆਹ ਦੇਖੋ ਇੰਜਨ ਫਰਾਰੀ ਦਾ ਪਿੱਛੇ ਆ ਮਾਮਾ ਹੀਰ ਦਾ ਪਤਾ ਨਹੀਂ ਕੀ ਚੈੱਕ ਕਰੀ ਜਾਂਦਾ ਪਰ ਘੈਂਟ ਫਰਾਰੀ ਆ ਯਾਰ ਬਾਈ ਅਤੇ ਹੈਲੀਕਾਪਟਰ ਉੱਡੇ ਫਿਰਦੇ ਆ ਅਤੇ ਆਪਾਂ ਸਭ ਤੋਂ ਪਹਿਲਾਂ ਜਾਣਾ ਬਾਈ ਆਪਾਂ ਹੁਣ ਜਾਣਦੇ ਹਾਂ ਅੱਜ ਦਾ ਆਪਣਾ ਜਿਹੜਾ ਕੰਮ ਹੈਗਾ ਆਪਾਂ ਆਪਣਾ ਬੁਲਟ ਲੈ ਕੇ ਆਉਣਾ ਕਿਉਂਕਿ ਆਪਾਂ ਦੇ ਕੇ ਆਉਂਦਾ ਸੀ ਬੈਨੀ ਮਕੈਨਿਕ ਦੇ ਤੁਹਾਡੀ ਨੂੰ ਕਿੱਧਰ ਗਿਆ ਹੈਲੀਕਾਪਟਰ ਹਾਏ 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 ਕਿੰਨਾ ਸੋਹਣਾ ਲੱਗਦਾ ਬਾਈ ਬੱਲੇ ਆਪਾਂ ਬੈਨੀ ਮਕੈਨਿਕ ਕੋਲ ਜਾਣਾ ਬਾਈ ਅੱਜ ਉਹਨੂੰ ਆਪਾਂ ਬੁਲਟ ਮੋਡੀਫਾਈ ਕਰਨਾ ਦੇ ਕੇ ਆਉਂਦਾ ਸੀ ਅਤੇ ਦੇਖਦੇ ਹਾਂ ਜੇ ਬਾਈ ਨੇ ਕਰਤਾ ਹੋਊਗਾ ਪੂਰਾ ਘੈਂਟ ਬਣਾਤਾ ਹੋਊਗਾ ਬੜੀਆਂ ਫਰਾਰੀਆਂ ਫਿਰਦੀਆਂ ਅੱਜ ਕੱਲ੍ਹ ਅਤੇ ਪਿਛਲੀ ਵੀਡੀਓ ਵਿੱਚ ਬਾਈ ਇੱਕ ਕਲੋਲ ਹੋ ਗਈ ਸੀ ਉਹ ਕਲੋਲ ਤੁਹਾਨੂੰ ਪਤਾ ਹੀ ਆ ਕਈਆਂ ਬਾਈਆਂ ਨੇ ਕਮੈਂਟ ਵੀ ਕੀਤੇ ਕਿ ਬਾਈ ਤੂੰ ਬੁਗਾਤੀ ਨੂੰ ਰੰਗ ਤਾਂ ਕਾਲਾ ਕਰਾਇਆ ਸੀ ਪਰ ਇਹ ਕਿੱਦਾਂ ਫਿਰ ਉਹ ਜੀ ਹੋ ਗਈ ਤਾਂ ਕਰਕੇ ਚਲੋ ਕੋਈ ਚੱਕਰ ਨਹੀਂ ਮੁੰਡੇ ਹੋ ਜਾਂਦਾ ਦਿਮਾਗ ਥੋੜ੍ਹੇ ਪਾਸੇ ਚੱਲਦਾ ਯਾਰ ਤਾਂ ਕਰਕੇ ਚਲੋ ਕੋਈ ਚੱਕਰ ਨਹੀਂ ਹੁਣ ਆਪਣੀ ਬੁਗਾਤੀ ਜਿੱਦਾਂ ਤੁਸੀਂ ਦੇਖ ਹੀ ਸਕਦੇ ਆ ਕਾਲੇ ਰੰਗ ਦੀ ਆ ਕਾਲੀ ਝੋਟੀ ਅਤੇ ਆਪਾਂ ਅੱਜ ਬੁਲਟ ਲੈ ਕੇ ਆਉਣਾ ਪਰ ਬੁਲਟ ਤੋਂ ਪਹਿਲਾਂ ਮੈਂ ਬੈਂਕ 'ਚੋਂ ਪੈਸੇ ਕਢਾਉਣੇ ਆ ਅਤੇ ਪੈਸੇ ਦੇ ਕੇ ਆਉਣੇ ਆਪਾਂ ਆਪਣੇ ਡਰਾਈਵਰ ਜੱਟ ਨੂੰ ਹੁਣ ਤੁਸੀਂ ਪੁੱਛੋਗੇ ਡਰਾਈਵਰ ਜੱਟ ਨੂੰ ਪੈਸੇ ਦੀ ਕੀ ਲੋੜ ਪੈ ਗਈ ਬਾਈ ਹੁਣ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਣਾ ਜਿਹੜਾ ਡਰਾਈਵਰ ਜੱਟ ਆ ਬਾਈ ਕਿੱਧਰ ਪਾਲੀ ਉਹਦਾ ਵਿਚਾਰੇ ਦਾ 61 ਵੀ ਰਿਪੇਅਰ ਕਰਾਉਣਾ ਦਿੱਤਾ ਅਤੇ ਸਕਾਰਪੀਓ ਵੀ ਉਹਦੀ ਰਿਪੇਅਰ ਕਰਾਉਣੀ ਦਿੱਤੀ ਆ ਅਤੇ ਉਹਨੇ ਮੈਂ ਤੁਹਾਨੂੰ ਪੈਸੇ ਮੰਗੇ ਆ ਆਪਣੇ ਫਰੈਂਕਲੀ ਜੱਟ ਤੋਂ ਅਤੇ ਉਹਨੂੰ ਥੋੜ੍ਹੇ ਜਿਹਾ ਆਪਾਂ ਪੈਸੇ ਦੇ ਕੇ ਆਉਣੇ ਆ ਅਤੇ ਬਾਅਦ 'ਚ ਫਿਰ ਆਪਾਂ ਆਪਣਾ ਦੂਜਾ ਚੱਕਣ ਜਾਣਾ ਕੀ ਕਹਿੰਦੇ ਹੁੰਦੇ ਆ ਬੁਲਟ ਇੱਥੇ ਹੈਗੀ ਇੱਕ ਬੈਂਕ ਬੈਂਕ 'ਚੋਂ ਕਢਾਉਂਦੇ ਹਾਂ ਪੈਸੇ ਅਤੇ ਜਾਂਦੇ ਹਾਂ ਫਿਰ ਆਪਾਂ ਆਪਣੇ ਡਰਾਈਵਰ ਜੱਟ ਨੂੰ ਮਿਲਣ ਵੀ ਬਾਈ ਕੋਲ ਹੁਣ ਨਾ 61 ਰਿਹਾ ਬਾਈ ਨਾ ਸਕਾਰਪੀਓ ਰਹੀ ਆ ਸਕਾਰਪੀਓ ਵੀ ਉਹਨੇ ਰਿਪੇਅਰ ਕਰਾਉਣੀ ਦਿੱਤੀ ਆ ਅਤੇ ਟਰੈਕਟਰ ਵੀ ਆਪਣਾ ਤਾਂ ਹੁਣ ਉਹਨੂੰ ਪੈਸੇ ਦੀ ਕਮੀ ਮਹਿਸੂਸ ਹੁੰਦੀ ਪਈ ਸੀ ਅਤੇ ਸਾਨੂੰ ਫੋਨ ਕੀਤਾ ਉਹਨੇ ਕਹਿੰਦਾ ਜੇ ਫਰੈਂਕਲੀ ਜੱਟ ਤੇਰੇ ਕੋਲ ਹੈਗੇ ਆ ਪੈਸੇ ਤਾਂ ਦੇ ਜਾ ਕਿਉਂਕਿ ਆਉਣ ਵਾਲੇ ਸਮੇਂ ਤੱਕ ਫਿਰ ਜਿਹੜੀ ਕਣਕ ਕੁਣਕ ਬੀਜੀ ਆ ਬਾਈ ਉਹ ਵੇਚ ਕੇ ਆਪਾਂ ਨੂੰ ਦੇ ਦੂਗਾ ਅਤੇ ਇੱਥੇ ਆ ਬੈਂਕ ਹੈਗਾ ਇੱਕ ਆ ਰਿਹਾ ਬੈਂਕ ਬਾਈ ਬਲੈਕਾ ਬੈਂਕ ਮੈਂ ਬੈਂਕ 'ਚ ਜਾ ਕੇ ਥੋੜ੍ਹੇ ਜਿਹੇ ਪੈਸੇ ਕਢਾਵਾਂ ਅਤੇ ਉਹਨੂੰ ਦਿੰਦੇ ਹਾਂ ਫਿਰ ਕਿਉਂਕਿ ਬਾਈ ਆਪਣੇ ਯਾਰ ਫਰੈਂਕਲੀ ਜੱਟ ਕੋਲ ਇੰਨਾ ਪੈਸਾ ਤੁਹਾਨੂੰ ਵੀ ਪਤਾ ਚਲੋ ਹੁਣ ਮੈਂ ਜਲਦੀ ਜਲਦੀ ਬੈਂਕ 'ਚ ਜਾਇਆ ਵਾਂ ਹੁਣ ਤੁਸੀਂ ਇਹ ਨਾ ਕਹਿ ਦਿਓ ਬਾਈ ਕਿ ਬੈਂਕ ਲੁੱਟਣ ਲੱਗ ਮਤਲਬ ਲੁੱਟਣ ਲੱਗ ਜਾਓ ਬੈਂਕ ਵੀ ਲੁੱਟਾਂਗੇ ਪਰ ਇੱਥੇ ਇੱਥੇ ਤਾਂ ਹੈ ਨਹੀਂ ਯਾਰ ਕੋਈ ਬੈਂਕ 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 ਸਿੱਧੇ ਆਪਾਂ ਬਾਈ ਤਿਜੋਰੀ 'ਚੋਂ ਪੈਸੇ ਕਢਾਉਣੇ ਤਿਜੋਰੀ ਓਕੇ ਬਾਈ ਜਿੱਦਾਂ ਤੁਸੀਂ ਦੇਖ ਸਕਦੇ ਆਪਣੇ ਫਰੈਂਕਲੀ ਜੱਟ ਨੇ ਚੱਕ ਲਏ ਪੈਸੇ ਉੱਥੋਂ ਉੱਡੇ ਆ ਕੀ ਹੋ ਗਿਆ ਬਾਹਰ ਬੈਂਕ 'ਚੋਂ ਮੁੰਡੇ ਪੈਸੇ ਤਾਂ ਕਢਾ ਲਏ ਆਪਾਂ ਪਰ ਬੰਬ ਕਿਹਨੇ ਚੱਲਦੇ ਸੀ
ਔਖਾ ਔਖਾ ਬਾਈ, ਮੈਨੂੰ ਲੱਗਦਾ ਹੁਣੇ ਜਹਾਜ਼ ਜੂ ਡੈੱਕ ਕੇ ਹਟਿਆ ਇੱਥੇ। ਚਲੋ ਪੈਸੇ ਆਪਾਂ ਬੈਗ ਦੇ ਆਉਂਦੇ ਹਾਂ ਆਪਣੇ ਡਰਾਈਵਰ ਜੱਟ ਨੂੰ, ਅਤੇ ਫਿਰ ਬਾਈ ਆਪਾਂ ਬਾਅਦ 'ਚੋਂ ਜਾਂਦੇ ਹਾਂ ਆਪਣਾ ਬੁਲਟ ਦੇਖਣ, ਅਤੇ ਦੇਖਦੇ ਹਾਂ ਕਿੱਦਾਂ ਬਾਈ ਨੇ ਮੋਡੀਫਾਈ ਕੀਤਾ ਆਪਣਾ ਬੁਲਟ, ਅਤੇ ਬਾਕੀ ਦੇਖਦੇ ਹਾਂ। ਬਾਕੀ ਯਾਰ ਬਾਈ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕਰਦੇ, ਮਿਹਨਤਾਂ ਕਰਨੀਆਂ ਪੈਂਦੀਆਂ ਯਾਰ। ਜੇ ਵਧੀਆ ਲੱਗਦੀ ਹੁੰਦੀ ਵੀਡੀਓ ਬਾਈ ਬਿਨਾਂ ਸੋਚੇ ਸਮਝੇ ਲਾਈਕ ਕਰ ਦਿਆ ਕਰੋ, ਜੇ ਨਹੀਂ ਵਧੀਆ ਲੱਗਦੀ ਫਿਰ ਤੁਸੀਂ ਕਮੈਂਟ ਕਰ ਦਿਆ ਕਰੋ ਕੀ ਨਹੀਂ ਸਹੀ ਕੀ ਗਲਤ, ਫਿਰ ਅਸੀਂ ਅਗਲੀ ਵੀਡੀਓ ਵਿੱਚ ਦੇਖਾਂਗੇ। ਅਤੇ ਮੇਰਾ ਬਾਈ ਲਾਈਕ ਕਰ ਦਿਆ ਕਰੋ ਜ਼ਰੂਰ ਯਾਰ। ਅਤੇ ਚਲੋ ਇੱਥੇ ਆਪਣਾ ਇੱਕ ਪਾਣੀ ਵਾਲਾ ਜਹਾਜ਼ ਖੜ੍ਹਾ ਸੀ, ਅਤੇ ਉਹ 'ਤੇ ਜਾਣਾ ਆਪਾਂ, ਕਿਉਂਕਿ ਗੱਡੀ ਤਾਂ ਲੈ ਕੇ ਜਾ ਨਹੀਂ ਸਕਦੇ। ਆਹ ਦੇਖੋ ਬਾਈ ਪੈਪਸੀ ਵਾਲੇ ਪਾਗਲ ਹੋਏ ਪਏ ਆ, ਔਖਾ ਪ੍ਰਧਾਨ ਯਾਰ। ਕੌਣ ਪੰਪ ਸਿੱਟੀ ਜਾਂਦਾ ਕਮਾਲ। ਲਓ ਬਾਈ ਆਪਾਂ ਆਪਣੀ ਗੱਡੀ ਨੂੰ ਇੱਥੇ ਲਾ ਦਿੰਦੇ ਹਾਂ, ਕਿਉਂਕਿ ਤੂੰ ਪਹਿਲਾਂ ਕਿ ਇੱਥੇ ਕੋਈ ਲੈਵੇ ਮੂਲਕਾਰ। ਮੈਂ ਮੂਲਕਾਰ ਕਿਹਨੇ ਕਿਹਾ, ਹੁਣ ਫੋਟੋਆਂ ਖਿੱਚਦੀ, ਪਹਿਲਾਂ ਕਹਿੰਦੀ ਵਟ ਐਵਰ। ਗੱਡੀ ਦੇਖੋ ਬਾਈ, ਗੱਡੀ ਕਾਇਮ ਆ ਨਾ ਆਪਣੀ, ਮਤਲਬ ਦਿਲ ਹੀ ਖੁਸ਼ ਕਰ ਦਿੰਦੀ ਯਾਰ ਵਾਲੀ ਗੱਡੀ। ਇੱਥੇ ਜਹਾਜ਼ ਆਉਣਾ ਚਾਹੀਦਾ, ਹਜੇ ਤੱਕ ਤਾਂ ਆਇਆ ਨਹੀਂ, ਚਲੋ ਵੇਟ ਕਰਦੇ ਉਹਨਾਂ ਟਾਈਮ। ਕਿਹਾ ਸੀ ਆਪਣਾ ਜਹਾਜ਼ ਆਉਣਾ ਗਾ, ਇਹ ਤਾਂ ਨਹੀਂ ਬਈ। ਆਹ ਕਿਹੜਾ ਜਹਾਜ਼, ਕੇਰਲਾ ਜਹਾਜ਼ ਉੱਡਿਆ ਫਿਰਦਾ। ਬੱਲੇ ਬੱਲੇ ਨਹੀਂ ਆਪਣਾ ਯਾਰ ਪਾਣੀ ਵਾਲਾ ਜਹਾਜ਼ ਆਊਗਾ, ਚਲੋ ਵੇਟ ਕਰਦੇ ਹਾਂ। ਅਤੇ ਲਓ ਬਾਈ ਜੇ ਤੁਹਾਨੂੰ ਦੇਖਦੀ ਆਪਾਂ ਗੱਡੀ ਇੱਥੇ ਲਾ ਦਿੰਦੇ ਹਾਂ, ਅਤੇ ਗੱਡੀ ਆਪਣੀ ਇੱਥੇ ਖੜ੍ਹੀ ਆ ਬਾਈ, ਅਤੇ ਪਾਣੀ ਵਾਲਾ ਜਹਾਜ਼ ਆ ਚੁੱਕਿਆ, ਅਤੇ ਇਹਦੇ ਨਾਲ ਜਾਂਦੇ ਹਾਂ ਹੁਣ ਆਪਾਂ ਡਰਾਈਵਰ ਜੱਟ ਕੋਲ। ਕੋਈ ਡਰਾਈਵਰ ਜੱਟ ਨੂੰ ਕਿਹਾ ਸੀ ਬਾਈ ਉੱਥੇ ਨਦੀ ਜੀ ਕੋਲ ਆ ਜੀ, ਪਰ ਬਾਈ ਅੱਜ ਜਹਾਜ਼ ਜੂਜ਼ ਬਾਲੇ ਡਿੱਗੀ ਜਾਂਦੇ, ਪਤਾ ਨਹੀਂ ਕੀ ਚੱਕਰ ਹੋਇਆ ਪਿਆ। ਆਹ ਦੇਖੋ ਮੋਟਰਸਾਈਕਲ ਵਾਲਾ ਕਿੱਥੇ ਫਿਰਦਾ, ਸ਼ਾਬਾਸ਼। ਲਓ ਬਾਈ ਇਹਨੂੰ ਕਹਿੰਦੇ ਪਾਣੀ ਵਾਲਾ ਜਹਾਜ਼, ਇਹ ਡਰਾਈਵਰ ਜੱਟ ਨੇ ਭੇਜਿਆ ਕਿਉਂਕਿ ਉਹਦੇ ਕਿਸਾਨ ਬਾਈ ਦਾ ਹੀ ਸੀ ਉੱਥੇ। ਅਤੇ ਆਪਾਂ ਚਲਾਉਂਦੇ ਹਾਂ ਹੁਣ। ਓਏ ਹੋਏ ਬੱਲੇ ਕਿੰਨਾ ਸੋਹਣਾ ਲੱਗਦਾ ਵਿਊ ਆ ਇੱਥੇ ਬੱਲੇ। ਇਹ ਡਰਾਈਵਰ ਦੇ ਜੇ ਬਾਈ ਤਾਂ ਪੰਗੇ ਪੁੰਗੇ ਨਾ ਪੈਂਦੇ ਹੁੰਦੇ ਨਾ, ਕਿਉਂਕਿ ਜਿਹੜੀ ਸਕਾਰਪੀਓ ਗੱਡੀ ਵੀ ਉਹਦੀ ਟੁੱਟ ਗਈ ਹੈ ਬਾਈ ਦੀ, ਆਪਣਾ ਨਾਟ ਗਿਆਰਾ ਵੀ ਖਿਲਰ ਗਿਆ ਸੀ ਪਿਛਲੀ ਵੀਡੀਓ 'ਚ ਦੇਖਿਆ ਤੁਸੀਂ। ਅਤੇ ਜੇ ਆ ਪੰਗੇ ਦੇ ਨਾ ਪੈਂਦੇ ਇਹਨੂੰ ਆਪਾਂ ਇੱਧਰ ਘੁੰਮਾਉਣ ਲੈ ਕੇ ਆਉਣਾ ਸੀ ਡਰਾਈਵਰ ਜੱਟ ਨੂੰ ਸਮੁੰਦਰ 'ਤੇ, ਗਰਮੀ ਕੱਢ ਕੇ, ਮਤਲਬ ਗਰਮੀ ਕੱਢਣੀ ਸੀ ਉਹਦੀ ਡਰਾਈਵਰ ਜੱਟ ਦੀ। ਚਲੋ ਦੇਖਦੇ ਹਾਂ, ਪਰ ਪਹਿਲਾਂ ਆਪਾਂ ਯਾਰ ਆਹ ਕਲੀਅਰ ਕਰ ਲਈਏ ਇਹਦਾ ਕੰਮ ਕਰ, ਕਿਉਂਕਿ ਆਪਾਂ ਨੂੰ ਵੀ ਹੁਣ ਆਪਾਂ ਜਿਹੜਾ ਬੁਲਟ ਮੋਟਰਸਾਈਕਲ ਬਣਾਉਣਾ ਦਿੱਤਾ ਉਹ 'ਤੇ ਵੀ ਪੈਸੇ ਲੱਗ ਜਾਣੇ ਆ। ਹੁਣ $2,00,000 ਬਾਈ ਇਹਨੇ ਮੰਗਿਆ ਸੀ ਆਪਣੇ ਤੋਂ ਡਰਾਈਵਰ ਨੇ। ਚਲੋ ਡਰਾਈਵਰ ਤਾਂ ਆਪਣਾ ਬਾਈ ਆ ਯਾਰ, ਇਹਨੂੰ ਮਤਲਬ ਜਿੰਨੇ ਮਰਜ਼ੀ ਪੈਸੇ ਲੈ ਸਕਦਾ ਆਪਾਂ ਤੋਂ, ਪਰ ਦੇਖਦੇ ਹਾਂ। ਡਰਾਈਵਰ ਆਪਣੇ ਮਾਈਕਲ ਜੱਟ ਨੂੰ ਨਹੀਂ ਫੋਨ ਕਰਦਾ, ਫਰੈਂਕਲੀ ਨੂੰ ਕਹਿ ਦਿੰਦਾ, ਕਿਉਂਕਿ ਫਰੈਂਕਲੀ ਨਾਲ ਇਹਦੀ ਬਾਤ ਜ਼ਿਆਦਾ ਬਣਦੀ ਹੈ ਨਾ ਤਾਂ ਕਰਕੇ ਬਾਈ। ਹੁਣ ਦੇਖਦੇ ਹਾਂ ਕੀ ਪਲੈਨਿੰਗ ਆ ਇੱਥੇ, ਲੋਕੇਸ਼ਨ ਭੇਜ ਦਿੱਤੀ ਆ ਬਾਈ ਆਪਾਂ ਨੂੰ ਡਰਾਈਵਰ ਨੇ, ਅਤੇ ਉੱਥੇ ਜਾ ਕੇ ਆਪਾਂ ਦੇ ਕੇ ਆਈਏ ਡਰਾਈਵਰ ਨੂੰ ਪੈਸੇ, ਅਤੇ ਬਾਅਦ 'ਚ ਚੱਕਦੇ ਹਾਂ ਆਪਾਂ ਆਪਣੀ ਬੁਗਾਤੀ ਜਾਂ ਜਹਾਜ਼ 'ਤੇ ਜਾਵਾਂਗੇ, ਦੇਖਦੇ ਹਾਂ ਬਾਕੀ ਕੀ ਬਣਦਾ। ਪਰ ਮੈਨੂੰ ਇਹ ਨਹੀਂ ਪਤਾ ਜੀ ਆਪਣੇ ਕੋਲ ਪੈਰਾਸ਼ੂਟ ਹੈਗਾ ਕਿ ਨਹੀਂ, ਪਰ ਫਿਲਹਾਲ ਆਪਾਂ ਇੱਥੇ ਪਹੁੰਚ ਚੁੱਕੇ ਹਾਂ। ਬੱਲੇ 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 ਬੱਲੇ। ਲਓ ਬਾਈ ਇੱਥੇ ਹੀ ਆ ਡਰਾਈਵਰ ਜੱਟ ਆਪਣਾ ਆਹ ਜਹਾਜ਼ ਲੈ ਕੇ ਆਇਆ, ਤਾਂ ਜਿੱਦਾਂ ਤੁਸੀਂ ਦੇਖ ਸਕਦੇ ਹਾਂ ਖੜ੍ਹਾ, ਪਰ ਇਹ ਆਪਣੇ ਆ ਸ਼ੇਰ ਖਾਨ ਉੱਤਰ ਜੂ ਆ ਤੇਰਾ ਜਲਵਾ, ਉੱਤਰ ਜਾ ਉੱਤਰ ਜਾ ਉੱਤਰ ਜਾ ਬਾਈ ਪਲੀਜ਼ 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 ਪਲੀਜ਼। ਓਕੇ ਬੱਲੇ 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 ਬੱਲੇ। ਓਕੇ ਹੌਲੀ 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 ਹੌਲੀ, ਤੇਰੀ ਨੂੰ ਭਿਆਉਂਦੇ ਪੈਸੇ ਨਹੀਂ, ਪਰ ਡਾਲਰ ਆਏ ਨਹੀਂ ਭੇਜਣੇ ਬਾਈ ਮੈਨੂੰ ਲੱਗਦਾ, ਜਾਂ ਪਾਉਂਡ ਆ ਪਾਉਂਡ ਹੀ ਲੱਗਦੇ ਆ। ਚਲੋ ਦੇਖਦੇ ਹਾਂ
ਉਹ ਯਾਰ ਆਪਣਾ ਜਹਾਜ਼ ਕਿੱਧਰ ਤੁਰ ਗਿਆ? ਚੱਲ ਖੜ ਗਿਆ ਉੱਥੇ ਡਰਾਈਵਰ ਜੱਟ ਦਾ ਜਹਾਜ਼ ਤਾਂ ਬਾਈ ਆਹ ਖੜਾ ਹੈਗਾ, ਮੈਨੂੰ ਲੱਗਦਾ ਇੱਥੇ ਹੀ ਆਇਆ ਹੋਣਾ, ਦੇਖਦੇ ਹਾਂ। ਲਓ ਬਾਈ ਡਰਾਈਵਰ ਜੱਟ ਆਪਣਾ ਨੂੰ ਮਿਲ ਚੁੱਕਾ ਵੀਰੇ, ਪਰ ਇੱਥੇ ਡਰਾਈਵਰ ਜੱਟ ਦੇ ਪਿੱਛੇ ਪੁਲਿਸ ਪਈ ਲੱਗਦਾ ਬਾਈ ਮੈਨੂੰ। ਡਰਾਈਵਰ ਦਿੰਦੇ ਹਾਂ ਤੈਨੂੰ ਪੈਸੇ ਦਿੰਦੇ ਹਾਂ, ਕਿਉਂਕਿ ਮੈਨੂੰ ਲੱਗਦਾ ਡਰਾਈਵਰ ਆਪਣਾ ਮਕੈਨਿਕ ਕੋਲ ਆਇਆ ਬਾਈ ਇੱਥੇ ਵੀ, ਇਹਦੇ ਕੋਲ ਵੀ ਆਹ ਵੀ ਟਰੈਕਟਰਾਂ ਦਾ ਕੰਮ ਕੁੰਮ ਕਰਦਾ ਇੱਥੇ ਬੰਦਾ ਆਪਣਾ ਵਾਲਾ, ਪਰ ਇਹ ਤਾਂ ਮੈਨੂੰ ਲੱਗਦਾ ਨਾਟ ਗਿਆਰਾਂ ਬਾਰੇ ਪੁੱਛਣ ਆਇਆ ਹੋਊਗਾ, ਪਰ ਨਾਟ ਗਿਆਰਾਂ ਦੂਜੇ ਮਕੈਨਿਕ ਨੂੰ ਦਿੱਤਾ, ਚਲੋ ਉੱਦਾਂ ਆਇਆ ਹੋਊਗਾ ਡਰਾਈਵਰ ਇੱਥੇ। ਤੈਨੂੰ ਦਿੰਦੇ ਆ ਬਾਈ ਪੈਸੇ ਤਾਂ ਫਿਰ ਆਪਾਂ ਨਿਕਲਦੇ ਹਾਂ, ਕਿਉਂਕਿ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ, ਤੁਹਾਨੂੰ ਬੁਲਟ ਵੀ ਦਿਖਾਉਣਾ ਆਪਣਾ। ਚੱਲ ਬਾਈ ਡਰਾਈਵਰ, ਲਓ ਬਾਈ ਡਰਾਈਵਰ ਨੂੰ ਆਪਾਂ ਪੈਸਿਆਂ ਦਾ ਬੈਗ ਦੇਤਾ, ਅਤੇ ਹੁਣ ਬਾਈ ਕਹਿੰਦਾ ਕੋਈ ਨਾ ਤੈਨੂੰ ਮੋੜ ਦੂੰਗਾ ਟੈਨਸ਼ਨ ਨਾ ਲੈ। ਚੱਲ ਕੋਈ ਗੱਲ ਨਹੀਂ ਡਰਾਈਵਰ, ਜੇ ਨਾ ਵੀ ਮੋੜਦੇ ਕੋਈ ਚੱਕਰ ਨਹੀਂ, ਬਹੁਤ ਅਹਿਸਾਨ ਆ ਬਾਈ ਡਰਾਈਵਰ ਨੇ ਆਪਣਿਆਂ ਨੂੰ ਬੜੀ ਥਾਂ 'ਤੇ ਤੁਹਾਨੂੰ ਵੀ ਪਤਾ ਹੈਲਪ ਕੀਤੀ ਆਪਣੀ, ਪਰ ਮੈਂ ਡਰਾਈਵਰ ਨੂੰ ਕਿਹਾ ਬਾਈ ਸਾਨੂੰ ਆਪਣਾ ਜਹਾਜ਼ ਦੇ ਦਿਆ ਬਾਈ, ਪਰ ਕਹਿੰਦਾ ਤੈਨੂੰ ਛੱਡ ਕੇ ਆਉਂਦਾ ਯਾਰ ਮੈਂ, ਪਰ ਮੈਂ ਡਰਾਈਵਰ ਨੂੰ ਕਿਹਾ ਬਾਈ ਸਾਨੂੰ ਆਹ ਜਹਾਜ਼ ਦੇ ਦਿਆ ਆਪਦਾ, ਕਿਉਂਕਿ ਖੇਤਾਂ ਵਾਲਾ ਜਹਾਜ਼ ਆ ਬਾਈ, ਕਿਉਂਕਿ ਆਪਾਂ ਗੱਡੀ ਚੱਕਦੇ ਰਹਾਂਗੇ, ਨਹੀਂ ਤਾਂ ਫਿਰ ਆਪਾਂ ਇੱਥੇ ਜਾ ਵੜੇਨੇ ਆ, ਉੱਧਰੋਂ ਲੈ ਆਊਗਾ ਡਰਾਈਵਰ ਆਪਣਾ ਜਹਾਜ਼ ਵਾਪਸ। ਡਰਾਈਵਰ ਕਹਿੰਦਾ ਮੈਂ ਵੀ ਜਾਣਾ, ਚੱਲ ਬਹਿ ਜਾ ਬਾਈ ਫਿਰ, ਕਿਉਂਕਿ ਉਹ ਦੂਜੇ ਜਹਾਜ਼ 'ਚ ਬਾਈ ਮੈਨੂੰ ਲੱਗਦਾ ਦੋ ਸੀਟਾਂ ਨਹੀਂ ਸੀਗੀਆਂ, ਇਹ 'ਚ ਸੀਗੀਆਂ। ਅਰੇ ਆਪਣਾ ਫਰੈਂਕਲੀ ਜਾ ਡਾਲੂਗਾ ਯਾਰ, ਆ ਤੇਰਾ ਜਲਵਾ, ਡਰਾਈਵਰ ਨੇ ਪਤਾ ਨਹੀਂ ਬਾਈ ਇੱਥੇ ਕਿੱਦਾਂ ਤਾਰਿਆ ਹੋਣਾ। ਖੇਤਾਂ ਵਾਲਾ ਜਹਾਜ਼ ਆ ਬਾਈ, ਹਲ ਲੱਗੇ ਆ ਤਾਂ ਕੰਮ ਉਹੀ, ਉਹ ਲੰਘ ਜਾ ਯਾਰ, ਆਹ ਖੜਾ ਬਾਈ ਜੋਨ ਡੀਅਰ, ਉੱਡਣਾ ਚਾਹੀਦਾ ਬਾਈ ਜਹਾਜ਼, ਉੱਡ ਗਿਆ ਉੱਡ ਗਿਆ ਉੱਡ ਗਿਆ, ਬੱਲੇ ਬੱਲੇ ਬੱਲੇ। ਚਲੋ ਹੁਣ ਆਪਾਂ ਸਿੱਧਾ ਬਾਈ ਆਪਾਂ ਆਪਣੇ ਮਕੈਨਿਕ ਕੋਲ ਜਾਣਾ, ਬੇਨੀ ਜੱਟ ਕੋਲ, ਅਤੇ ਡਰਾਈਵਰ ਆਪ ਹੀ ਆਪਣਾ ਜਹਾਜ਼ ਲੈ ਆਊਗਾ ਉੱਧਰੋਂ, ਕਿਉਂਕਿ ਆਪਾਂ ਪੈਰਾਸ਼ੂਟ ਨਾਲ ਛਾਲ ਮਾਰ ਦੇਣੀ, ਆਪਣੇ ਕੋਲ ਹੈਗਾ ਲਫਾਫਾ, ਅਤੇ ਹੁਣ ਮੈਨੂੰ ਨਿਸ਼ਾਨ ਲਾਈ ਲੈਣ ਦਿਓ ਕਿਹੜੇ ਪਾਸੇ ਆ, ਹੋ ਰਿਹਾ ਬਾਈ। ਚਲੋ ਪੌਨੇ ਆ ਚੱਲੇ ਬਾਈ ਹੁਣ, ਕਿਉਂਕਿ ਡਰਾਈਵਰ ਨੇ ਬਾਈ ਆਪਣੀ ਹੁਣ ਗੱਡੀ ਵੀ ਠੀਕ ਕਰਾਉਣੀ ਦਿੱਤੀ ਸੀ, ਜਿਹੜੀ ਆਪਣੀ ਸਕਾਰਪੀਓ ਟੁੱਟ ਗਈ ਸੀ, ਅਤੇ ਟਰੈਕਟਰ ਵੀ ਦਿੱਤਾ ਸੀ, ਉਹ ਵੀ ਹੁਣ ਅਗਲੀਆਂ ਅਗਲੀਆਂ ਵੀਡੀਓ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ ਕੀ ਕੀਤਾ ਉਹਨਾਂ ਨਾਲ, ਕਿਉਂਕਿ ਹੁਣ ਪੈਸੇ ਬਾਈ ਕੋਲ ਆ ਗਏ ਆ, ਕਿਉਂਕਿ ਇਹਦਾ ਨੁਕਸਾਨ ਜ਼ਿਆਦਾ ਹੀ ਹੋ ਗਿਆ ਯਾਰ ਪਿਛਲੇ ਦੋ ਹਫ਼ਤਿਆਂ 'ਚ ਡਰਾਈਵਰ ਦਾ, ਤੋ ਤਾਂ ਕਰਕੇ। ਬਾਕੀ ਤੁਸੀਂ ਨਜ਼ਾਰੇ ਲੁੱਟੋ ਬਾਈ, ਇੱਧਰ ਵੇਖੋ ਸਿੱਟੀ ਸੁੱਟੀ ਖੇਤ ਖੂਤ ਦੇਖੋ, ਪੂਰਾ ਕੰਮ ਸੈੱਟ ਆ, ਡਰਾਈਵਰ ਨੇ ਆਪ ਹੀ ਸੀਟ ਚੇਂਜ ਕਰ ਲੈਣੀ ਆ, ਹੋਰ ਨਾ ਆਪਣੇ ਨਾਲ ਹੀ ਛਾਲ ਮਾਰਦੇ ਮਾਮਾ ਹੀਰ ਦਾ, ਪਰ ਦੇਖਦੇ ਹਾਂ ਇਹਦੇ ਕੋਲ ਪੈਸੇ ਹੈਗੇ ਆ, ਪਰ ਮੈਂ ਪੂਰਾ ਉੱਪਰ ਲੈ ਜਾਂਦਾ ਬਾਈ। ਹਾਏ ਹਾਏ ਹਾਏ, ਵੈਦਰ ਦੇਖੋ ਯਾਰ ਕਿੰਨਾ ਸੋਹਣਾ ਬਾਈ, ਮਤਲਬ ਪੂਰਾ ਇੱਦਾਂ ਲੱਗਦਾ ਜਿੱਦਾਂ ਇੰਡੀਆ ਦੇ ਬੱਦਲ ਹੁੰਦੇ, ਹਜੇ ਆਪਾਂ ਕੈਨੇਡਾ ਵੀ ਜਾਣਾ ਬਾਈ। ਚਲੋ ਦੇਖਦੇ ਹਾਂ ਜਲਦੀ ਜਲਦੀ ਬਾਈ, ਜਿਹਨੇ ਨਹੀਂ ਲਾਈਕ ਕੀਤੀ ਵੀਡੀਓ ਹਜੇ ਤੱਕ ਤਾਂ ਲਾਈਕ ਜ਼ਰੂਰ ਕਰੋ, ਅਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਮਤਲਬ ਹੋ ਸਕਦਾ ਆਪਣਾ ਬੁਲਟ, ਬਲੈਕ ਹੋਊਗਾ ਸਿਲਵਰ ਹੋਊਗਾ ਗੋਲਡ, ਮਤਲਬ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਕਿਹੋ ਜਿਹਾ ਹੋ ਸਕਦਾ। ਚਲੋ ਬਾਈ ਆਪਾਂ ਪਹੁੰਚ ਚੁੱਕੇ ਹਾਂ ਉੱਪਰ, ਅਤੇ ਆਪਾਂ ਹੁਣ ਇੱਥੋਂ ਛਾਲ ਹੀ ਮਾਰਨੀ ਆ, ਅਤੇ ਡਰਾਈਵਰ ਆਪ ਹੀ ਲੈ ਜੂਗਾ। ਚੰਗਾ ਬਾਈ ਡਰਾਈਵਰ, ਉਹ ਮਾਮਾ ਉਹ ਨਾ ਮਾਰ ਦੇਵੇ ਬਾਈ, ਨਹੀਂ ਮੈਨੂੰ ਲੱਗਦਾ ਗਿਆ ਉਹ, ਹਾਂ ਤੇਰੀ ਨੂੰ ਪਤਾ ਨਹੀਂ, ਦੇਖਦੇ ਹਾਂ। ਹਾਏ ਹਾਏ ਹਾਏ, ਨਜ਼ਾਰੇ ਹੀ ਆ ਬਾਈ ਆਹ, ਮਤਲਬ ਇਹਨੇ ਤਾਂ ਪਬਜੀ ਯਾਦ ਕਰਾਤੀ ਯਾਰ ਆਹ ਪੈਰਾਸ਼ੂਟ ਜਿਹੇ ਨੇ ਬਾਈ। ਆਪਣਾ ਆਪਣਾ ਜਾ ਦਿਓ, ਤੁਹਾਡਾ ਨਖਰਾ ਡਰਾਈਵਰ ਕਿੱਧਰ ਰਹਿ ਗਿਆ ਫਿਰ, ਪਿੱਛੇ ਤਾਂ ਹੈਲੀਕਾਪਟਰ,
ਪਤਾ ਨਹੀਂ ਬਾਈ, ਡਰਾਈਵਰ ਦੀ ਟੈਨਸ਼ਨ ਨਹੀਂ ਲੈਣੀ ਆਪਾਂ, ਕਿਉਂਕਿ ਡਰਾਈਵਰ ਦੀ ਟੈਨਸ਼ਨ ਲੈਂਦੇ ਲੈਂਦੇ ਬਾਈ ਆਪਣੀ ਟੈਨਸ਼ਨ ਫਿਰ ਹੋ ਜਾਣੀ ਹੋਰ। ਅਤੇ ਆਪਾਂ ਕਿੱਧਰ ਜਾਣਾ ਸੀ ਹੁਣ? ਬੈਨੀ ਦਾ ਬੈਨੀ ਬੈਨੀ ਦੀ ਦੁਕਾਨ ਕਿੱਥੇ ਸੀ ਬਾਈ, ਯਾਦ ਆ ਮੁੰਡੇ? ਫਿਰ ਆਪਾਂ ਇੱਥੇ ਰੁਕਦੇ ਹਾਂ, ਹਾਂ ਸ਼ੋਰੂਮ ਜੇ 'ਤੇ। ਓਕੇ ਉੱਤਰ ਜਾ ਬਾਈ, ਉੱਤਰ ਜਾ ਖੰਭੇ, ਤੇਰੀ ਨੂੰ ਹੀ ਕੰਮ ਕਰਤਾ ਨਾ। ਬਚ ਕੇ ਬਚ ਕੇ ਬਚ ਕੇ, ਕੁਛ ਨਹੀਂ ਹੋਇਆ। ਸ਼ੋਰੂਮ 'ਚ ਗੱਡੀਆਂ ਗੁੱਡੀਆਂ ਵੀ ਨਹੀਂ ਰਹੀਆਂ, ਆ ਤੂੰ ਫੋਟੋ ਖਿੱਚਦੀ ਸੀ, ਇੱਥੇ ਮਜ਼ਾਕ ਚੱਲਦਾ। ਉਹ ਬਾਈ ਬਾਈ ਬਾਈ, ਜੀ ਵੈਗਨ ਜੀ ਵੈਗਨ ਜੀ ਵੈਗਨ ਜੀ ਵੈਗਨ, ਆ ਤੇਰੀ ਜੀ ਵੈਗਨ ਭਜਾ ਤੀ ਸਾਡੀ ਕਰੋਲਾ ਬਾਈ। ਨਹੀਂ ਪਰ ਆਪਾਂ ਜਾਣਾ ਬਾਈ ਜੀ ਵੈਗਨ 'ਤੇ ਹੀ ਆ, ਜੀ ਵੈਗਨ ਲੱਭੋ ਇੱਥੋਂ। ਉਹ ਖੜੀ ਜੀ ਵੈਗਨ ਚਲਾ ਕੇ ਦੇਖਦੇ ਹੁਣ ਸ਼ਹਿਰ 'ਚ ਆਪਾਂ, ਐਂ ਤਾਂ ਹੈਗੇ ਹਾਂ, ਤੁਸੀਂ ਤਾਂ ਕੋਲ ਹੀ ਜਾਣਾ ਹੈਗਾ ਬੈਨੀ ਜੱਟ ਕੋਲ ਆਪਣੇ। ਉੱਤਰ ਬਾਹਰ ਹੋਏ ਬਾਈ, ਜੀ ਵੈਗਨ ਹੀ ਆ ਦੇਖੋ। ਓਏ ਹੋਏ ਹੋਏ, ਕਿੱਦਾਂ ਲੱਗੀ ਬਾਈ? ਜੇ ਫਰੈਂਕਲੀ ਜੱਟ ਨੂੰ ਬਾਈ ਤੁਸੀਂ ਇਹੋ ਜਿਹੀ ਜੀ ਵੈਗਨ ਚਾਹੁੰਦੇ ਹੋ ਕਿ ਆਪਣੇ ਫਰੈਂਕਲੀ ਜੱਟ ਕੋਲ ਹੋਵੇ ਇਹੋ ਜੀ ਵੈਗਨ, ਤਾਂ ਤੁਸੀਂ ਕਮੈਂਟ ਜ਼ਰੂਰ ਕਰਿਓ, ਪਰ ਦੇਖਦੇ ਹਾਂ। ਪਰ ਇਹ ਤਾਂ ਬਲੂ ਜਿਹਾ ਕਲਰ ਦੀ ਆ, ਆਪਾਂ ਹੋਰ ਕਲਰ ਦੀ ਵੀ ਲੈ ਸਕਦੇ ਹਾਂ। ਹੋਏ 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 ਹੋਏ, ਘੈਂਟ ਬਾਈ। ਪਰ ਆਪਣਾ ਦੂਜਾ ਜੱਟ ਕਿੱਧਰ ਗਿਆ? ਵੇਅਰ ਇਜ਼ ਬਾਈ ਆਪਣਾ ਬੈਨੀ ਜੱਟ? ਮੈਂ ਕਿੱਧਰ ਪਾਈ ਜਾਂਦਾ ਗੱਡੀ ਨੂੰ? ਸ਼ਾਬਾਸ਼, ਨਿਸ਼ਾਨ ਲਾ ਹੀ ਲਈਏ ਪ੍ਰਧਾਨ। ਬੈਨੀ 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 ਆਪਣਾ ਬੈਨੀ ਬਾਈ, ਬੈਨੀ ਹਾਰਿਆ। ਓਕੇ ਲਓ ਬਈ ਮੁੰਡਿਆ, ਪਾਸੇ ਪਾਸੇ ਪਾਸੇ, ਇਹ ਤੂੰ ਹੀ ਆਪਣਾ ਬਾਈ, ਆਪਾਂ ਆਪਣਾ ਆਹ ਬੰਦੇ ਤੋਂ ਹੀ ਆਪਾਂ ਆਪਣਾ ਉਹ ਕਰਾਇਆ ਸੀ 911 ਮੋਡੀਫਾਈ, ਅਤੇ ਹੁਣ ਵੀ ਇਹਦਾ ਕੰਮ ਮੈਨੂੰ ਲੱਗਦਾ ਵਧੀਆ ਚੱਲਣ ਲੱਗ ਗਿਆ। ਆਹ ਦੇਖੋ ਗੱਡੀ ਕਿਹੜੀ ਢੱਕੀ ਪਈ ਇਹਦੇ ਸਾਹਮਣੇ। ਪਰ ਆਪਾਂ ਆਪਣਾ ਅੱਜ ਬੁਲਟ ਲੈ ਕੇ ਆਏ ਹਾਂ, ਆਪਾਂ ਆਪਣਾ ਬੁਲਟ ਲੈਣ ਆਏ ਹਾਂ ਅੱਜ। ਚਲੋ ਦੇਖਦੇ ਅੰਦਰ ਜਾ ਕੇ ਕੀ ਬਣਦਾ। ਲਓ ਬਾਈ ਪਹੁੰਚ ਚੁੱਕੇ ਆਪਾਂ ਆਪਣੇ ਬੈਨੀ ਮਕੈਨਿਕ ਕੋਲ, ਮੱਦੀ ਮਕੈਨਿਕ ਕੋਲ, ਅਤੇ ਦੇਖਦੇ ਹਾਂ ਆਪਣਾ ਬੁਲਟ ਜੇ ਬਾਈ ਨੇ ਸੈੱਟ ਕੀਤਾ ਕਿ ਨਹੀਂ। ਉਹ ਬੱਲੇ 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 ਬੱਲੇ, ਲੱਗਦਾ ਤਾਂ ਹੈਗਾ ਬਾਈ ਆਪਣਾ ਬੁਲਟ ਹੀ ਆ, ਪਰ ਦੇਖਦੇ ਹਾਂ ਯਾਰ ਬਾਈ ਨੇ ਆਵਾਜ਼ ਬੂਝ 'ਤੇ ਆਪਾਂ ਜਿੱਦਾਂ ਇਹਨੂੰ ਕਿਹਾ ਸੀ ਬਾਈ ਬਲੈਕ ਰੰਗ ਦਾ। ਓਏ ਹੋਏ 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 ਹੋਏ, ਨਹੀਂ ਰੀਸਾਂ ਬਾਈ, ਬੱਲੇ ਬੱਲੇ। ਜਿਨ੍ਹਾਂ ਬਾਈਆਂ ਨੇ ਬਲੈਕ ਦੇ ਕਮੈਂਟ ਕੀਤੇ ਸੀ ਤਾਂ ਉਹਦੀ ਮੈਨੂੰ ਲੱਗਦਾ ਆਪਣੇ ਬੈਨੀ ਜੱਟ ਨੇ ਸੁਣ ਲਈ ਬਾਈ। ਓਏ ਹੋਏ 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 ਬਾਈ, ਦੇਖੋ ਬਾਈ ਕਾਲਾ ਝੋਟਾ ਬਾਈ, ਮੈਨੂੰ ਲੱਗਦਾ ਹਜੇ ਇੰਜਨ ਦਾ ਕੰਮ ਕਰੀ ਜਾਂਦਾ। ਅਤੇ ਬਾਈ ਤੁਸੀਂ ਦੱਸੋ 100 ਚੋਂ ਕਿੰਨੇ ਨੰਬਰ ਦਿਓਗੇ ਆਪਣੇ ਬੁਲਟ ਨੂੰ, ਕਿਉਂਕਿ ਰੈਮ ਵੀ ਦੇਖੋ ਬਾਈ ਕਿਹੋ ਜਿਹੇ ਪਵਾਏ ਬੈਨੀ ਜੱਟ ਨੇ। ਆਏ ਹਾਏ ਹਾਏ, ਬੰਨੀ ਜਾਂਦਾ ਮੈਨੂੰ ਲੱਗਦਾ ਬਾਈ, ਹਜੇ ਵੀ ਆਵਾਜ਼ ਬੂਝ ਸੈੱਟ ਕਰਦਾ ਪਿਆ ਹੋਊਗਾ ਮੈਨੂੰ ਲੱਗਦਾ। ਪਰ ਆਵਾਜ਼ ਵੀ ਆਪਾਂ ਚੈੱਕ ਕਰਾਂਗੇ, ਦੇਖਦੇ ਹਾਂ ਜੇ ਪਟਾਕੇ ਪਟੂਕੇ ਮਾਰਦਾ। ਪਰ ਇਹ ਤਾਂ ਬਾਈ ਨੇ ਬਾਈ ਤੁਸੀਂ ਦੇਖੋ ਯਾਰ ਸਿਰਾ ਹੀ ਲਾਤਾ ਬਾਈ, ਉਹ ਹੱਥ 'ਚ ਦਨਾਲੀ ਫੜ ਕੇ ਨਾ, ਹੁਣ ਤੁਹਾਨੂੰ ਦਿਖਾਉਂਦੇ ਇਹ ਤਾਂ ਦੇਖਿਓ। ਆਹ ਦੇਖੋ ਬਾਈ ਇੱਦਾਂ, 100 ਚੋਂ ਛੱਡੋ ਤੁਸੀਂ ਬਾਈ, 10 ਚੋਂ ਕਿੰਨੇ ਨੰਬਰ ਦੇਣੇ ਚਾਹੋਗੇ ਆਪਣੇ ਬੁਲਟ ਨੂੰ, ਇਹਦੀ ਲੁੱਕ ਨੂੰ ਹੀ। ਕੌਣ ਆ ਗਿਆ? ਦਰਵਾਜ਼ਾ ਕਿਹਨੂੰ ਖੋਲਿਆ ਬਾਈ? ਦਰਵਾਜ਼ਾ ਬੰਦ ਹੋਇਆ। ਚੱਲ ਬੈਨੀ ਮਕੈਨਿਕ ਤੋਂ ਮੈਂ ਬਾਈ ਕਰਦਾ ਇਹਦੇ ਨਾਲ ਗੱਲ, ਦੇਖਦੇ ਹਾਂ ਕੀ ਕਹਿੰਦਾ ਹੁਣ ਆਪਣਾ ਨੂੰ। ਜੇ ਸੈੱਟ ਆ ਤਾਂ ਫਿਰ ਆਪਾਂ ਲੈ ਜਾਂਦੇ ਹਾਂ ਬਾਈ ਘਰੇ ਆਪਣਾ ਬੁਲਟ, ਅਤੇ ਦੇਖਦੇ ਹਾਂ ਆਵਾਜ਼ ਬੂਝ ਬਾਈ ਨੇ ਕਿਹੋ ਜਿਹੀ ਕੀਤੀ ਆ, ਤੁਸੀਂ ਵੀ ਸੁਣਿਓ ਅਤੇ ਮੈਂ ਕਰਦਾ ਗੱਲ ਇਹਦੇ ਨਾਲ। ਅਤੇ ਲਓ ਬਾਈ ਬੈਨੀ ਮਕੈਨਿਕ ਨਾਲ ਗੱਲ ਹੋ ਗਈ ਆ ਬਾਈ,
ਤੇ ਕੈਮਰਾ ਸੈੱਟ ਕਰ ਲਈਏ ਤੇ ਬੈਨੀ ਬਾਈ ਕਹਿੰਦਾ ਬਾਈ ਬੋਲਟ ਦੀ ਮੈਂ ਆਵਾਜ਼ ਇਹੋ ਜਿਹੀ ਬੰਨਤੀ ਤੂੰ ਮਤਲਬ ਦਿਲ ਖੁਸ਼ ਹੋ ਜੂ ਤੇਰਾ ਤੂੰ ਚਲਾ ਕੇ ਦੇਖ ਤੇ ਬਾਈ ਨੂੰ ਆਪਾਂ ਪੇਮੈਂਟ ਵੀ ਕਰਤੀ ਆ ਬਾਈ ਕਿਉਂਕਿ ਘੈਂਟ ਬੰਦਾ ਯਾਰ ਦੇਖੋ ਤੁਸੀਂ ਬਾਈ ਜੇ ਕੋਈ ਵੀ ਕੰਮ ਕੁੰਮ ਕਰਾਉਣਾ ਹੁੰਦਾ ਬਾਈ ਆਪਾਂ ਇਹਦੇ ਕੋਲ ਹੀ ਆਉਂਦੇ ਹਾਂ ਅਤੇ ਡਰਾਈਵਰ ਨੇ ਵੀ ਆਪਣੇ ਜਦੋਂ ਤੁਹਾਨੂੰ ਪਤਾ ਹੀ ਆ 61 ਜਿਹੜਾ ਆਇਆ ਸੀਗਾ ਇਹ ਤੋਂ ਹੀ ਆਪਾਂ ਉਹਦੇ ਡੈੱਕ ਡੁੱਕ ਰਖਾਏ ਸੀ ਪਰ ਅਫਸੋਸ ਚਲੋ ਡੈੱਕ ਪੁੱਠੇ ਰੱਖਤੇ ਸੀ ਬਾਈ ਨੇ ਪਰ ਪੂਰਾ ਵਧੀਆ ਕੰਮ ਕਰਦਾ ਬਾਈ ਯਾਰ ਆਹ ਬੰਦਾ ਚਲੋ ਹੁਣ ਮੁੰਡੇ ਚਲਾਉਣ ਨੂੰ ਦਿਲ ਕਰੀ ਆਉਂਦਾ ਮੇਰਾ ਓਏ ਹੋਏ 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 ਮੈਂ 2 ਮਿੰਟ ਬੋਲਣਾ ਨਹੀਂ ਬਾਈ ਆਵਾਜ਼ ਸੁਣਿਓ ਥੋਡਾ ਨਖਰਾ ਥੋਡਾ ਨਖਰਾ ਬਾਈ ਹਜੇ ਆਪਾਂ ਪਟਾਕੇ ਵੀ ਪਾਉਣੇ ਆ ਆਵਾਜ਼ ਨੇ ਤਾਂ ਦਿਲ ਲੁੱਟ ਲਿਆ ਤੇਰਾ ਏ ਲਓ ਬਾਈ ਦੱਸੋ ਮੁੰਡਿਓ ਕਿੰਨੇ ਨੰਬਰ ਦਊਂਗੇ ਆਪਣੇ ਬੁਲਟ ਨੂੰ ਪਟਾਕੇ ਮਾਰ ਕੇ ਦਿੰਦੇ ਹਾਂ ਹੁਣ ਜੇ ਵੱਜਦੇ ਆ ਪਟਾਕੇ ਨਹੀਂ ਮਾਰਦਾ ਪਟਾਕੇ ਬਾਈ ਪਟਾਕੇ ਵਾਲੀ ਸੋਚ ਲਵਾਈ ਨਹੀਂ ਕਰਦੇ ਹਾਂ ਗੱਲ ਉਹਦੇ ਨਾਲ ਬੈਨੀ 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 ਪੁੱਛਦੇ ਹਾਂ ਬਾਈ ਲਓ ਬਾਈ ਪੁੱਛਦੇ ਹਾਂ ਆਪਾਂ ਬੈਨੀ ਬਾਈ ਤੋਂ ਬਾਈ ਪਟਾਕੇ ਵਾਲੀ ਸੋਚ ਨਹੀਂ ਚੱਲਦੀ ਹੈਲੋ ਹੈਲੋ ਹੈ ਬੈਨੀ ਬਾਈ ਕਹਿੰਦਾ ਤੂੰ ਸੋਚ ਨੱਪੀ ਨਹੀਂ ਸੀ ਬਾਈ ਚੱਲਣੀ ਸੁਆਹ ਚਲੋ ਹੁਣ ਦੇਖਦੇ ਹਾਂ ਓਏ ਹੋਏ 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 ਹੁਣ ਮਾਰਦਾ ਪਟਾਕੇ ਬਾਈ ਬੱਲੇ ਬੱਲੇ ਕਿਉਂਕਿ ਬੈਨੀ ਬਾਈ ਆਪਣਾ ਕੰਮ ਪੂਰਾ ਚੋਟੀ ਦਾ ਕਰਦਾ ਇਹ ਤਾਂ ਆਪਣਾ ਨੂੰ ਨਹੀਂ ਪਤਾ ਸੀ ਸੋਚ ਕਿੱਥੇ ਲਾਈ ਸੀ ਇਹਨੇ ਚਲੋ ਹੁਣ ਬਾਈ ਤੁਹਾਨੂੰ ਮਾਰ ਕੇ ਦਿਖਾਉਂਦੇ ਹਾਂ ਪਟਾਕੇ ਓਏ ਹੋਏ ਮਤਲਬ ਸਲੈਂਸਰ ਚੋਂ ਅੱਗ ਹੀ ਨਿਕਲਦੀ ਬਾਈ ਓਏ ਹੋਏ ਓਏ ਨਹੀਂ ਰੀਸਾਂ ਬਾਈ ਯਾਰ ਮਤਲਬ 61 ਨਾਲੋਂ ਚਾਹ ਬਾਈ ਆਪਣੇ ਨੂੰ ਇਹਦਾ ਚੜ੍ਹ ਗਿਆ ਬੁਲਟ ਦਾ ਆਹ ਦੇਖਿਓ ਹੁਣ ਚੀਜ਼ ਕਰਕੇ ਦਿਖਾਉਂਦੇ ਤੁਹਾਨੂੰ ਓਏ ਨਹੀਂ 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 ਮਾਮਾ ਦੇਖੋ ਬਾਈ ਇਹ 'ਚ ਪੰਗੇ ਲਏ ਆ ਤੁਸੀਂ ਆਪਾਂ ਇੱਥੇ ਤੇਲ ਛਿੜਕ ਦੇਣਾ ਕਿਉਂਕਿ ਸਲੈਂਸਰ ਆਪਣਾ ਅੱਗ ਕੱਢ ਦੇਣਾ ਬਾਈ ਬਹਿ ਜਾ ਬਾਈ ਲੱਗ ਗਈ ਨਾ ਅੱਗ ਓਏ ਹੋਏ 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 ਬਾਈ ਘੈਂਟ ਘੈਂਟ ਗੱਲਬਾਤ ਬਾਈ ਸਿਰਾ ਕਰਾਤਾ ਬਾਈ 150 ਤੇ ਬੁਲਟ ਹਾਏ 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 ਤੇਰਾ ਜਲਵਾ ਬਾਈ ਆਵਾਜ਼ ਇੰਨੀ ਖਤਰਨਾਕ ਕਰਤੀ ਬਾਈ ਨੇ ਬਾਈ ਚੋਟੀ ਦਾ ਕੰਮ ਯਾਰ ਬਾਈ ਅੱਗ ਲਾਤੀ ਬਾਈ ਅੱਗ ਮੈਂ ਨਾ ਇਹਨੂੰ ਬੁਲਟ ਨੂੰ ਇੱਥੇ ਲਾਉਣਾ ਮੁੰਡਿਓ ਤੇ ਚੱਲੋ ਫਿਰ ਆਏ ਹਾਏ ਬਾਈ ਘੈਂਟ ਗੱਲਬਾਤ ਬਾਈ ਘੈਂਟ ਗੱਲਬਾਤ ਆਹ ਦੇਖੋ ਬਾਈ ਬੁਲਟ ਮਤਲਬ ਕੀ ਕਹਾਂ ਯਾਰ ਮੈਂ ਹੁਣ ਮੇਰੇ ਕੋਲ ਕੋਈ ਸ਼ਬਦ ਹੀ ਹੈ ਨਹੀਂ ਯਾਰ ਆ ਬੁਲਟ ਦੇ ਨਾ ਇਹਦੀ ਆਵਾਜ਼ ਲਈ ਮਤਲਬ ਆਤੀ ਕਰਾਤੀ ਜੇ ਤੁਹਾਨੂੰ ਵੀ ਵਧੀਆ ਲੱਗਿਆ ਮੁੰਡਿਓ ਆਪਣੇ ਕਮੈਂਟ ਲਿਖ ਕੇ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਿਆ ਤੁਹਾਨੂੰ ਆਪਣਾ ਬੁਲਟ ਅਤੇ ਆਵਾਜ਼ ਕਿੱਦਾਂ ਲੱਗੀ ਬੁਲਟ ਦੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਅਤੇ ਚਲੋ ਹੁਣ ਆਪਣਾ ਫਰੈਂਕਲੀ ਜੱਟ ਬਾਈ ਲੈਂਦਾ ਮਾਰਦਾ ਗੇੜੀਆਂ ਅਤੇ ਤੁਸੀਂ ਵੀ ਆਪਣਾ ਖਿਆਲ ਰੱਖਿਓ ਅਤੇ ਹਜੇ ਆਪਾਂ ਡਰਾਈਵਰ ਦੇ ਵੀ ਬਹੁਤ ਕੰਮ ਕਰਨੇ ਆ ਅਤੇ ਜੇ ਜੀ ਵੈਗਨ ਬਾਈ ਤੁਹਾਨੂੰ ਲੱਗਦਾ ਕਿ ਆਪਾਂ ਲੈ ਕੇ ਦੇਈਏ ਫਰੈਂਕਲੀ ਜੱਟ ਨੂੰ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ
ਤੇ ਜੇ ਵੀਡੀਓ ਵਧੀਆ ਲੱਗੀ ਮੁੰਡੋ ਲਾਈਕ ਕਰ ਦਿਓ, ਤੇ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ। ਉਹ ਕੀ ਹੋ ਗਿਆ 3,00,000 ਸਬਸਕ੍ਰਾਈਬਰ ਪੂਰੇ ਕਰਨ ਲਈ ਇੱਦਾਂ ਹੀ ਸਪੋਰਟ ਕਰਦੇ ਰਹੋ, ਤੁਹਾਡਾ ਆਪਣਾ ਚੈਨਲ ਆ। ਅਤੇ ਫਿਰ ਜੀ ਵੈਗਨ ਕਾਲੀ, ਜੀ ਵੈਗਨ ਕਾਲਾ ਝੋਟਾ, ਆਏ ਹਾਏ 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 ਹਾਏ, ਓ ਬਾਈ ਸਿਰਾ ਯਾਰ। ਅਤੇ ਲਓ ਬਾਈ, ਖਿਆਲ ਰੱਖਿਓ ਆਪਣਾ, ਅਤੇ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ 'ਚ ਟਰੈਵਰ ਜੱਟ ਨਾਲ, ਅਤੇ ਉਹਦਾ ਦੇਖਦੇ ਹਾਂ ਆਪਣਾ ਸਕਾਰਪੀਓ ਦਾ ਕੀ ਬਣਿਆ, 9/11 ਦਾ ਕੀ ਬਣਿਆ। ਤਦ ਤੱਕ ਆਪਣਾ ਖਿਆਲ ਰੱਖਿਓ, ਰੱਬ ਰੱਖਾ ਜੀ। ਜਹਾਜ਼ ਡੈਕ ਕਲੋਲਾਂ ਬਾਈ, ਕਲੋਲਾਂ ਹੁੰਦੀਆਂ। ਚਲੋ ਬਾਈ, ਮੈਂ ਜਾਂਦਾ ਫਿਰ ਗੇੜੀ ਮਾਰਨ।